ਲੈਕੇ ਦੇ ਵਿੱਚ ਬਹੁਤ ਸੋਹਣਾ ਮੈਸੇਜ ਸੀਗਾ ਡੀਐਸਪੀ ਦੇਵ ਚੋ ਬਹੁਤ ਸੋਹਣਾ ਮੈਸੇਜ ਸੀਗਾ ਹੁਣ ਸ਼ਰੀਫ ਟੂ ਚ ਬਹੁਤ ਸੋਹਣਾ ਮੈਸੇਜ ਲੈ ਕੇ ਮੇਰਾ ਤਾਂ ਸਿਨੇਮਾ ਹੀ ਮੈਸੇਜ ਜਿਹੜਾ ਸਮਾਜ ਨੂੰ ਸੀ ਤੇ ਨਾਲ ਐਂਟਰਟੇਨਮੈਂਟ ਦੇ ਨਾਲ ਅਨਪ੍ਰੈਡਿਕਟੇਬਲ ਮੂਵੀ ਔਰ ਉਹਨਾਂ ਨੂੰ ਹਮੇਸ਼ਾ ਵਾਓ ਵਾਲਾ ਫੈਕਟਰ ਹੀ ਨਿਕਲੇਗਾ ਮੈਂ ਇਹੀ ਕਹੂੰਗੀ ਥੈਂਕ ਯੂ ਭਾਜੀ ਥੈਂਕ ਯੂ ਜੀ क्लास वाले भी बाहर आ जाओ यार क्लासा तो लग जाएंगी रोज धरती शरीक वन मेल ग्रां ने रब्बा वर्गिया हिट फिल्मा दिखाई ने सो शरीक टू के डायरेक्टर ने सो इन्होंने हमेशा अलग यमला परिवार दीवाना हूँ इन्होंने फिल्म एक होर आ रही है हिंदी के नूरानी चेहरा नवाजुद्दीन सदीकी जी ने डायरेक्ट किया इन्होंने सो साडा माण है कि असीं इन्हां नाल काम किया है सो प्लीज ये मीनिंगफुल सिनेमे नूं सपोर्ट करियो सत श्री अकाल जी सारिआं नूं मैं बस यही कहूंगी कि परिवारक फिल्म है मैसेज बहुत वधिया और एंटरटेनमेंट तुहाडा पूरा होगा इस चीज़ की गारंटी है साडी मुर्गा एक्सपर्ट ने बड़ा करारा लजीजदार मुर्गा बना नून मिर्च बिलकुल सही रखते हैं तिखा मुर्गा होंगे सो अज असी मुर्गा बनाने लगे हैं शरीक टू की पूरी टीम साढ़े प्रोड्यूसर विवेक गोरी जी का सो सानू नहीं पता ਕਿੰਨਾ ਕਿ ਇੰਜੋਏਬਲ ਹੋਣ ਵਾਲਾ ਸੀ ਟਰਾਈ ਕਰ ਸਕਦੇ ਆ ਪਰ ਮੈਨੂੰ ਲੱਗਦਾ ਕਿ ਵਧੀਆ ਥੋੜੀ ਬੀਪਾਂ ਜ਼ਿਆਦਾ ਵੱਜਣਗੀਆਂ ਤੇ ਪੀ 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 ਬਹੁਤ ਹੋਊਗੀ ਸੋ ਦੇਖਦੇ ਆ ਅਸੀਂ ਹਾਂ ਟਰਾਈ ਕਰਦੇ ਆ ਚਲੋ ਭਾਜੀ ਕਰੀਏ ਸ਼ੁਰੂ ਬੀਪ ਆਉਗੀ ਅੱਛਾ ਭਾਜੀ ਹਾਰਟ ਬੀਟ ਤਾਂ ਨਹੀਂ ਤੇਜ਼ ਹੋਈ ਅੱਛਾ ਮੈਂ ਕਿਹਾ ਹਾਰਟ ਬੀਟ ਤਾਂ ਨਹੀਂ ਤੇਜ਼ ਹੋਈ ਬੀਪੀ ਤਾਂ ਨਹੀਂ ਵਧਿਆ ਨਹੀਂ ਨਹੀਂ ਮੈਂ ਗੱਡੀ 'ਚ ਬੈਠ ਗਿਆ ਸੀਗਾ ਭਾਜੀ ਚਲੋ ਭਾਜੀ ਹੁਣ ਉਹ ਕਹਿ ਦੋ ਕੁੱਕੜੂ ਕੁੜੂ ਕਹਿ ਦੋ ਇੱਕ ਵਾਰ ਕੁੱਕੜੂ ਕੁੜੂ पहुंचा ਪੰਜਾਬੀ ਇੰਡਸਟਰੀ 'ਚ ਹਜੇ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਫੀਮੇਲ ਕੈਰੈਕਟਰ ਨੂੰ ਇਦਾਂ ਦਾ ਕੈਰੈਕਟਰ ਪਲੇ ਕਰਨ ਨੂੰ ਮਿਲਿਆ ਹੈ ਉਹ ਪੈ ਗਿਆ ਇੰਸਪੈਕਟਰ ਸ਼ੇਰੇ ਦਾ ਘੇਰਾ ਉਹ ਹੁਣ ਕੀ ਹੋਊਗਾ ਤੇਰਾ ਫਿਲਮ ਆ ਰਹੀ ਹੈ ਸ਼ਰੀਕ 2 ਉਹ ਮੈਂ ਕਹਾਂ ਜੀ ਫਿਲਮ ਹੋਣ ਵਾਲੀ ਆ ਬਹੁਤ ਹੀ ਕਮਾਲ ਇੱਕ ਸੈਕਿੰਡ ਵੀ ਤੁਸੀਂ ਹੋਵੋਗੇ ਬੋਰ ਉਲਟਾ ਤੁਸੀਂ ਫਿਲਮ ਦੇਖਣ ਤੋਂ ਬਾਅਦ ਕਹੋਗੇ ਇਹ ਦਿਲ ਮੰਗੇ ਮੋੜ ਤੇ ਚਲਾ ਦਿਓ ਇੱਕ ਵਾਰੀ ਹੋਰ फिल्म